ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਦੀਆਂ ਦੋ ਧਿਰਾਂ ਹੋਈਆਂ ਆਹਮੋ ਸਾਹਮਣੇ। ਕਾਲਜ ਵਿਖੇ ਹੋਈ ਜੰਮ ਕੇ ਨਾਅਰੇਬਾਜ਼ੀ ਮਸਲਾ ਬੀਤੇ ਦਿਨੀ ਹੋਈ ਇੱਕ ਘਟਨਾ ਦਾ। ਸ਼੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਵਿਖੇ ਦੋ ਵਿਦਿਆਰਥੀ ਧਿਰਾਂ ਨੇ ਅੱਜ ਆਹਮੋ ਸਾਹਮਣੇ ਹੋ ਕੇ ਨਾਅਰੇਬਾਜ਼ੀ ਕੀਤੀ। ਇੱਕ ਧਿਰ ਬੀਤੇ ਦਿਨੀ ਕਾਲਜ ਵਿਖੇ ਹੋਈ ਘਟਨਾ ਲਈ ਕਾਲਜ ਦੇ ਇੱਕ ਪ੍ਰੋਫੈਸਰ ਅਤੇ ਸਿਕਿਉਰਿਟੀ ਗਾਰਡ 'ਤੇ ਕਥਿਤ ਦੋਸ਼ ਲਾ ਰਹੀ ਸੀ ਤਾਂ ਦੂਜੀ ਧਿਰ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ। ਸ਼੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਵੱਲੋਂ ਅੱਜ ਨਾਅਰੇਬਾਜ਼ੀ ਕੀਤੀ ਗਈ। ਦੱਸ ਦਈਏ ਕਿ ਕਾਲਜ ਵਿਖੇ ਬੀਤੇ ਦਿਨੀ ਹੋਈ ਇੱਕ ਕਥਿਤ ਘਟਨਾ ਨੂੰ ਲੈ ਕੇ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦ ਇੱਕ ਪਾਸੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਵਿਦਿਆਰਥੀ ਕਾਲਜ ਅਧਿਆਪਕ ਅਤੇ ਪ੍ਰਬੰਧਕਾਂ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਦਾ ਕਹਿਣਾ ਸੀ ਕਿ ਬੀਤੇ ਦਿਨੀ ਕਾਲਜ ਦੇ ਇੱਕ ਅਧਿਆਪਕ ਅਤੇ ਸਿਕਿਉਰਿਟੀ ਗਾਰਡ ਵੱਲੋਂ ਯੂਨੀਅਨ ਦੇ ਆਗੂਆਂ ਨਾਲ ਧੱਕੇਸ਼ਾਹੀ ਕੀਤੀ ਗਈ ਅਤੇ ਮੰਦੀ ਸ਼ਬਦਾਵਲੀ ਵੀ ਵਰਤੀ ਗਈ। ਇਸ ਸੰਬੰਧੀ ਉਹਨਾਂ ਵੱਲੋਂ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਉੱਧਰ ਇਸ ਮਾਮਲੇ ਵਿੱਚ ਕਾਲਜ ਅਧਿਆਪਕ ਅਤੇ ਸਿਕਿਉਰਿਟੀ ਗਾਰਡ ਨੇ ਕਥਿਤ ਦੋਸ਼ਾਂ ਨੂੰ ਨਕਾਰਿਆ ਅਤੇ ਦੂਜੇ ਪਾਸੇ ਥਾਣਾ ਸਦਰ SHO ਨੇ ਮਾਮਲੇ ਵਿੱਚ ਜਾਂਚ ਉਪਰੰਤ ਬਣਦੀ ਕਾਰਵਾਈ ਦਾ ਭਰੋਸਾ ਦਿਵਾਇਆ ਹੈ। ਮੇਰਾ ਨਾਮ ਪਵਨਦੀਪ ਕੌਰ ਹੈ, ਮੈਂ MA ਪੋਲੀਟੀਕਲ ਸਾਇੰਸ ਦੀ ਸਟੂਡੈਂਟ ਹਾਂ। ਅਸੀਂ ਇਹ ਚਾਹੁੰਦੇ ਹਾਂ ਵੀ PSU ਵਾਲੇ ਵਾਰ ਵਾਰ ਇੱਕੋ ਹੀ ਗੱਲ ਕਹਿ ਰਹੇ ਆ ਵੀ ਸਿਕਿਉਰਿਟੀ ਗਾਰਡ ਨੂੰ ਤੁਸੀਂ ਇੱਥੋਂ ਰੱਦ ਕਰੋ, ਕਿਉਂ ਜਦੋਂ ਪਿਛਲੇ ਸਾਲ ਇੱਥੇ ਇੱਕ ਵੀਰ ਜੀ ਸੀ, ਰੋਬਿਨ ਵੀਰ ਜੀ, ਜਿਨ੍ਹਾਂ ਨੂੰ ਆਊਟਸਾਈਡਰ ਆ ਕੇ ਸਾਡੇ ਕਾਲਜ ਦੇ ਵਿੱਚ ਕੁੱਟ ਕੇ ਗਏ ਸੀ, ਉਸ ਵੀਰ ਜੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਤੇ ਉਸ ਟਾਈਮ ਇਹਨਾਂ ਨੇ ਇਹੀ ਗੱਲ ਚੱਕੀ ਸੀ PSU ਵਾਲਿਆਂ ਨੇ ਵੀ ਤੁਸੀਂ ਸਿਕਿਉਰਿਟੀ ਨਹੀਂ ਹੈਗੀ ਇਸ ਕਾਲਜ ਦੇ ਵਿੱਚ। ਜੇ ਅੱਜ ਸਿਕਿਉਰਿਟੀ ਹੈ ਤਾਂ ਫਿਰ PSU ਵਾਲੇ ਕਿਉਂ ਕਹਿ ਰਹੇ ਆ ਵੀ ਉਹਨਾਂ ਨੂੰ ਰੱਦ ਕੀਤੀ ਜਾਵੇ? ਅਸੀਂ ਆਪਣੇ ਪ੍ਰੋਫੈਸਰਸ ਦੇ ਨਾਲ ਹੈ, ਵਾਰ ਵਾਰ ਇੱਕੋ ਹੀ ਗੱਲ ਕਹਿ ਰਿਹਾ, ਗੁਰਬਾਜ ਸਰ ਐਂ ਕਰ ਰਿਹਾ, ਹਰਮੀਤ ਮੈਮ ਐਂ ਕਰ ਰਿਹਾ, ਬਟ ਅਸੀਂ ਜਿੱਥੋਂ ਤੱਕ ਅਸੀਂ ਕਲਿਪਸ ਦੇਖੀਆਂ ਉੱਥੋਂ ਤੱਕ ਸਾਨੂੰ ਐਂ ਵੀ ਗੁਰਬਾਜ ਸਰ ਹਮੇਸ਼ਾ ਬੇਟਾ ਕਹਿ ਕੇ ਸਭ ਨੂੰ ਗੱਲ ਕਰਦੇ ਆ, ਫਿਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਡੇ ਪ੍ਰੋਫੈਸਰ ਹੀ ਗਲਤ ਆ। ਅਸੀਂ ਆਪਣੇ ਪ੍ਰੋਫੈਸਰਸ ਦੇ ਨਾਲ ਹਾਂ, ਅਸੀਂ ਉਹਨਾਂ ਦੇ ਨਾਲ ਖੜੇ ਹਾਂ ਅਤੇ ਖੜੇ ਹੀ ਰਵਾਂਗੇ। ਕੀ ਮੰਗ ਨੂੰ ਲੈ ਕੇ ਜਿਹੜਾ ਅੱਜ ਤੁਹਾਡੇ ਵੱਲੋਂ ਦੋ ਧਿਰਾਂ ਜਿਹੜੀਆਂ ਕਾਲਜ ਦੇ ਵਿੱਚ ਧਰਨਾ ਲਗਾ ਰਹੀਆਂ? ਅਮਨਦੀਪ ਸਿੰਘ ਨਾਂ ਜੀ, ਜੰਡੋ ਕੇ ਪਿੰਡ ਤੋਂ ਜੀ। ਆਪਣਾ ਇਹ PSU ਵਾਲੇ ਆਊਟਸਾਈਡਰ ਵਿਅਕਤੀਆਂ ਨੂੰ ਐਂਟਰੀ ਕਰਵਾ ਕੇ ਕਾਲਜ ਵਿੱਚ ਮਾਹੌਲ ਖਰਾਬ ਕਰਦੇ ਆ। ਜੇ ਕੋਈ ਟੀਚਰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕਰਦੇ, ਬੱਚਿਆਂ ਨੂੰ ਭੜਕਾਉਂਦੇ ਆ, ਕਲਾਸਾਂ ਰੱਦ ਹੁੰਦੀਆਂ ਜੀ, ਉਹਨਾਂ ਦੀਆਂ ਬਹੁਤ ਨੁਕਸਾਨ ਹੋ ਰਿਹਾ ਜੀ। ਕਿੰਨੇ ਸਮੇਂ ਤੋਂ ਜਿਹੜੀ ਇਹ ਸਮੱਸਿਆ ਆ ਰਹੀ ਹੈ? ਇਹ ਤਾਂ ਜੀ ਲਗਾਤਾਰ ਹੀ ਕੰਮ ਚੱਲੀ ਜਾਂਦਾ ਇਹਨਾਂ ਦਾ ਜੀ। ਇਹ PSU ਦੀ ਐਂਟਰੀ ਕਰਵਾਉਂਦੇ ਆ ਜੀ, ਕਾਲਜ ਦਾ ਮਾਹੌਲ ਖਰਾਬ ਕਰਦੇ ਆ। ਅਸੀਂ ਤਾਂ ਮੰਗ ਇਹੀ ਕਰਦੇ ਹਾਂ ਜੀ, ਉਹ ਬੇਕਸੂਰ ਆ, ਸਰ ਵੀ ਬੇਕਸੂਰ ਹੈ ਜੀ, ਸਿਕਿਉਰਿਟੀ ਗਾਰਡ ਵੀ ਬੇਕਸੂਰ ਆ। ਕੋਈ ਉਹਨਾਂ ਦੀ ਵੀਡੀਓ ਦੇਖੀ ਆ, ਕੋਈ ਉਹਨਾਂ 'ਚ ਗਲਤ ਨਹੀਂ ਉਹਨਾਂ ਨੇ ਕਿਹਾ ਗਾ, ਅਸੀਂ ਆਹਨੇ ਵੀ ਉਹਨਾਂ ਨੂੰ ਇਨਸਾਫ ਮਿਲ ਸਹੀ ਆਊਟਸਾਈਡਰਾਂ ਦੀ ਐਂਟਰੀ ਬੰਦ ਕੀਤੀ ਆ। ਸਰ ਮੇਰਾ ਨਾਮ ਮਮਤਾ ਆਜ਼ਾਦ ਆ, ਮੈਂ ਜ਼ਿਲ੍ਹਾ ਆਗੂ ਹਾਂ ਪੰਜਾਬ ਸਟੂਡੈਂਟ ਯੂਨੀਅਨ ਤੋਂ। ਅਤੇ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਵਾਲਾ ਮਸਲਾ ਇਹ ਹੈਗਾ ਕਿ ਜਿਵੇਂ 14 ਤਰੀਕ ਨੂੰ ਇੱਕ ਮਸਲਾ ਹੋਇਆ ਸੀਗਾ, ਸਿਕਿਉਰਿਟੀ ਗਾਰਡ ਵੱਲੋਂ ਬੱਸ ਲੁਕੀ ਕੀਤੀ ਗਈ, ਇਹ ਉਸ ਤੋਂ ਬਾਅਦ ਜਿਹੜਾ ਕਿ ਆ ਪ੍ਰੋਫੈਸਰ ਗੁਰਬਾਜ ਜਿਹੜੇ ਕਿ ਉਹਨਾਂ ਨੂੰ ਪੂਰੀ ਪੂਰੀ ਸ਼ਹਿ ਦੇ ਰਹੇ ਸੀ ਸਿਕਿਉਰਿਟੀ ਗਾਰਡ ਨੂੰ, ਠੀਕ ਹੈ, ਉਹਨਾਂ ਦੇ ਜਿਹੜਾ ਕਿ ਆ ਅਸੀਂ ਇੱਕ ਦਰਖਾਸਤ ਦੇ ਕੇ ਆਉਂਦੀ ਸੀਗੀ, ਪਰ ਉਹਦੇ 'ਤੇ ਕੋਈ ਕਾਰਵਾਈ ਨਹੀਂ ਹੋਈ। ਇਹਨਾਂ ਨੇ ਕਿਹਾ ਕਿ ਚਲੋ ਮਸਲਾ ਜਿਹੜਾ ਕਿ ਮਾਫ਼ੀ ਨਾਲ ਸੁਲਝਾ ਲੈਂਦੇ ਹੈਗੇ, ਅਸੀਂ ਕਿਹਾ ਮਾਫ਼ੀ ਨਹੀਂ ਮੰਗਣੀ। ਫਿਰ ਇਹ ਕਹਿੰਦੇ ਚਲੋ ਪੋਸਟ ਡਿਲੀਟ ਕਰ ਦਿਉ, ਅਸੀਂ ਪੋਸਟ ਡਿਲੀਟ 'ਤੇ ਕਿਹਾ ਚਲੋ ਠੀਕ ਹੈ ਅਸੀਂ ਪੋਸਟ ਡਿਲੀਟ ਕਰ ਦਿੰਦੇ ਹਾਂ, ਪਰ ਜਿਹੜੇ ਕਿ ਇਹਨਾਂ ਦੀਆਂ ਮੰਗ ਹੋਰ ਵੱਧ ਰਹੀ ਹੈ ਕਿ ਇਹ ਕਹਿ ਰਿਹਾ ਕਿ ਵੀ ਲਿਖਤੀ ਰੂਪ ਦੇ ਵਿੱਚ ਜਿਹੜਾ ਕਿ ਮਾਫ਼ੀ ਮੰਗੋ, ਠੀਕ ਹੈ। ਅਸੀਂ ਇਹ ਕੋਈ ਮਾਫ਼ੀ ਨਹੀਂ ਮੰਗ ਰਹੇ ਕਿਉਂਕਿ ਸਾਨੂੰ ਨਹੀਂ ਲੱਗ ਰਿਹਾ ਕਿ ਸਾਡੀ ਗਲਤੀ ਆ, ਠੀਕ ਹੈ। ਜੇਕਰ ਅਸੀਂ ਕੋਈ ਪੋਸਟ ਪਾਈ ਆ, ਉਹਨਾਂ ਦੇ ਕੋਈ ਹਾਨੀ ਹੋਈ ਆ, ਤਾਂ ਅਸੀਂ ਉਹ ਪੋਸਟ ਡਿਲੀਟ ਕਰਨ ਲਈ ਤਿਆਰ ਹਾਂ। ਜੀ ਮੇਰਾ ਨਾਮ ਨੌਨਿਹਾਲ ਸਿੰਘ ਅਤੇ ਮੈਂ ਜ਼ਿਲ੍ਹਾ ਕੋਕਨਵੀਨਰ ਪੰਜਾਬ ਸਟੂਡੈਂਟਸ ਯੂਨੀਅਨ। ਮਸਲਾ ਕੀ ਸੀ ਮੈਡਮ ਲੈ ਕੇ ਤੁਸੀਂ ਪ੍ਰੋਟੈਸਟ ਕਰ ਰਹੇ? ਸਰ ਮਸਲਾ ਇਹ ਸੀ ਵੀ 14 ਤਰੀਕ ਨੂੰ ਸਾਡੇ ਕੁਛ ਆਗੂ ਆਏ ਸੀ ਕਾਲਜ ਦੇ ਵਿੱਚ, ਅਸੀਂ ਇੱਕ ਸੈਮੀਨਾਰ ਕਰ ਰਹੇ ਸੀ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ। ਉਸ ਤੋਂ ਬਾਅਦ ਜਿਹੜੇ ਕਿ ਅਸੀਂ ਰਿਟਨ ਦੇ ਵਿੱਚ ਪਰਮਿਸ਼ਨ ਲਈ ਕਾਲਜ ਪ੍ਰਸ਼ਾਸਨ ਦੇ ਵੀ ਸਾਡੇ ਕੋਈ ਸਾਥੀਆਂ ਨੇ ਬਾਹਰੋਂ ਆਉਣਾ ਹੈਗਾ, ਉਹ ਕਾਲਜ ਦੇ ਵਿੱਚ ਆਉਂਦੇ ਆ, ਸੈਮੀਨਾਰ ਖਤਮ ਹੋਣ ਤੋਂ ਬਾਅਦ ਟਿਊਟੋਰੀਅਲ ਲੈਕਚਰ ਲੱਗਦਾ ਹੈਗਾ ਸਟੂਡੈਂਟਸ ਦਾ, ਸਾਰੇ ਸਟੂਡੈਂਟ ਉੱਥੇ ਜਾਂਦੇ ਹੈਗੇ। ਉਹ 3 ਜਣੇ ਸਾਥੀ ਧੀਰਜ ਕੁਮਾਰ, ਸੂਬਾ ਕਮੇਟੀ ਮੈਂਬਰ ਨੇ ਕਮਲਜੀਤ ਸਿੰਘ ਅਤੇ ਸੁਖਪ੍ਰੀਤ ਕੌਰ, ਉਹ 3ਨੇ ਕਾਲਜ ਤੋਂ ਬਾਹਰ ਜਾ ਰਹੇ ਹੈਗੇ। ਕਾਲਜ ਦੇ ਜਿਹੜੇ ਗੇਟ ਕੀਪਰ ਨੇ ਉਹਨਾਂ ਵੱਲੋਂ ਰੋਕਿਆ ਜਾਂਦਾ, ਉਹ ਜਿਸ ਤਰੀਕੇ ਨਾਲ ਗੱਲਬਾਤ ਕਰਦੇ ਹੈਗੇ, ਅਸੀਂ ਵੀ ਮੰਨਦੇ ਚਲੋ ਉਹਨਾਂ ਦਾ ਕੰਮ ਹੈਗਾ ਰੁਕਣਾ, ਉਹ ਰੋਕ ਸਕਦੇ ਹੈਗੇ, ਪਰ ਜਿਵੇਂ ਉਹਨਾਂ ਦਾ ਰਵੱਈਆ ਹੁੰਦਾ ਸਟੂਡੈਂਟ ਦੇ ਨਾਲ ਗੱਲ ਕਰਨ ਦਾ, ਉਹ ਬਿਲਕੁਲ ਰਵੱਈਆ ਨਹੀਂ ਸੀਗਾ। ਉਹ ਹੱਥ ਫੜਦੇ ਹੈਗੇ, ਉਸ ਤੋਂ ਬਾਅਦ ਜਿਹੜੀ ਹੱਥਾਪਾਈ ਸ਼ੁਰੂ ਹੁੰਦੀ, ਉਸ ਤੋਂ ਬਾਅਦ ਉਹ ਡੰਡਾ ਚੱਕ ਕੇ ਲਿਆਉਂਦੇ ਆ, ਮਾਰਨ ਦੀ ਕੋਸ਼ਿਸ਼ ਕਰਦੇ ਹੈਗੇ, ਅਤੇ ਉਸ ਤੋਂ ਬਾਅਦ ਤੱਥਾਂ ਨੂੰ ਮੈਨੀਪੁਲੇਟ ਕਰਕੇ ਇਹ ਆਖਿਆ ਜਾਂਦਾ ਵੀ ਮਾਰਿਆ ਤਾਂ ਨਹੀਂ ਗਿਆ, ਇਹਦਾ ਮਤਲਬ ਵੀ ਕਾਰਵਾਈ ਉਦੋਂ ਹੋਣੀ ਸੀ ਜਦੋਂ ਮਾਰਿਆ ਜਾਂਦਾ। ਉਸ ਤੋਂ ਬਾਅਦ ਵੀ ਇਹ ਪ੍ਰੋਫੈਸਰ ਸਾਹਿਬਾਨ ਆਉਂਦੇ ਹੈਗੇ, ਉਸ ਤੋਂ ਬਾਅਦ ਵੀ ਉਹ ਗੱਲਬਾਤ ਹੁੰਦੀ ਹੈਗੀ ਆ, ਉਸ ਤੋਂ ਬਾਅਦ ਜਿਹੜਾ ਕਿ ਅਸੀਂ ਕਾਲਜ ਦੇ ਵਿੱਚ ਅਸੀਂ ਉੱਥੇ ਕਹਿ ਕੇ ਆਉਂਦੇ ਹਾਂ ਵੀ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ, ਅਸੀਂ ਪ੍ਰੋਫੈਸਰ ਹਰਜਿੰਦਰ ਸਿੰਘ ਨਾਲ ਗੱਲ ਕਰਾਂਗੇ, ਅਤੇ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਨ ਆਉਂਦੇ ਹੈਗੇ ਹਾਂ। ਉਸ ਤੋਂ ਬਾਅਦ ਰੈਲੀ ਹੁੰਦੀ ਹੈ ਵਿਦਿਆਰਥੀਆਂ ਦੀ, ਅਸੀਂ ਕਾਲਜ ਦੇ ਵਿੱਚ ਅਲਟੀਮੇਟਮ ਦਿੰਦੇ ਹਾਂ ਵੀ 3 ਦਿਨ ਦੇ ਵਿੱਚ ਜਿਹੜਾ
तो जिहड़ा कि सिक्योरिटी गार्ड नूं बरखास्त किया जाए। उसका रुजगार का मसला देख के असं ये कह रहे हैं चलो बरखास्त नहीं विद्यार्थियों तो गलत सलीके दे नाल माफ़ी मंगे, पर वो भी नहीं हो रहा है। असं 3 दिनों तो कॉलेज के नाल कमेटी के नाल तालमेल करके मीटिंग हल करने की कोशिश कर रहे हैं, पर सानू लगातार यह कहा जाता भी तुसी भी माफ़ी मंगो, पर जेकर असी माफ़ी मांगते तो मतलब असं झूठे हैं, पर असी कोई गलत पोस्ट नहीं पाई हैगी। पंजाब स्टूडेंट्स यूनियन का इतिहास रहा, लिखती रूप के इतिहास रहा है, हजे तिकर भी विद्यार्थियों की जथेबंदी है जी वो रिटर्न के इतिहास रहा भी कितने कितने पंजाब स्टूडेंट्स यूनियन कि जथेबंदी के ना खड़ी है। जो प्रोफेसरों को जरूरत होंगी है विद्यार्थी जथेबंदी हर बारी खड़ी हैगी है, तो असी हुण भी यही आस की इसलिए असं प्रोफेसर साहबाना को आए, पर नहीं साड़ी वो नहीं, पर तुसी देखा तुसी पहला भी देखा है ना कॉलेज के विचरे है कि विद्यार्थियों का एक अलग ग्रुप बनाने की कोशिश की जा रही है तत्थों मैनुपलेट करके। मैं 23 साल तो सरकारी कॉलेज में पढ़ा रहा, मेरा नाम गुरबाज सिंह, पॉलिटिकल साइंस मेरा सब्जेक्ट आ। मेरी कॉलेज वालों अनुशासन की ड्यूटी लाई हुई है, मैं अनुशासनी कमेटी का मैंबर हाँ। उस दिन पिक्टोरियल पीरियड लग्या हुआ सी, सारे विद्यार्थी कॉलेज में क्लासा गए हुए थे, तो असी ये देखना चाहिए कॉलेज में कोई आउटसाइडर तो नहीं आते गए, तो उस मैं राउंड पर सी। जो मैं पता लग्या भी कॉलेज के गेट पर कोई यही गल हो रही है जो होगी तो मैं उधर मूव किया। जो मैं उत्थे पहुँचा तो उदो जिदा जिदा ही चल रही थी सिक्योरिटी गार्ड नाल 3 विद्यार्थियों की जो कि आउटसाइडर सी। वो विद्यार्थी जो जाके सारों मैं पुछा स्थिति जानने की कोशिश की भी सिक्योरिटी गार्ड की गल सुनी विद्यार्थियों की गल सुनी, सिक्योरिटी गार्ड ने मैं यह कहा भी इन्होंने मेरे ते हमला किया मेरे चपेड़े मारे। वो विद्यार्थी यही गल कह रहे थे भी इन इन की औकात की है रोक कैसे सकता सानू, ये सानू रोक नहीं सकता गा। मैं उन्होंने एक ही गल कही बेटा जे इन्हें तुम्हें रोक लिया तो तुम सानू किसी फोन कर दे, हूँ भी तो मैं ए ही हाँ भी तुम सानू आके कहें असी उत्तों फोन करके सिक्योरिटी गार्ड में कह देंगे या कोई होर कह दें भी इन्ने कॉलेज के टीचर आ तुम्हें जानते भी आ, बट तुम ये हाथ नहीं चकना सी तो ये हक नहीं बनता भी तुम सिक्योरिटी गार्ड से हाथ चको। बट वो बार बार यही कह रहे थे भी इन्हें सानू रोका तो रोके ही क्यों, ये रोक ही नहीं सकता, तुम कॉलेज में जेल बना रहे हो। मैं बेटा असं सिक्योरिटी वास्ते कर रहे हैं, बच्चों से अनुशासन रहे, कोई बाहरले शरारती अंसर आके कॉलेज कोई गंद ना फैला सकन, ये तुहाडे ही फायदे लई आ, साडियां बच्चियां इत्थे पढ़दियां उन्हां दे फायदे लई आ। देखो साडे कॉलेज दे विच जे 100 विद्यार्थी पढ़ते उन्हां चों 52 मुंडे आ और 48 कुड़ियां, साडे कॉलेज की रैपूटेशन साडे कॉलेज का डिसिपलिन, पर ये बाहरों आउटसाइडर आके साडे कॉलेज का डिसिपलिन भंग करते हैं, ये साढ़े कॉलेज में सानू मतलब तंग परेशान ही कह सकते हैं, ये भी जिहड़ियां इन्ने इन्ने साढ़े ते इल्जाम लाते, मेरे वालों किसी की कोई कुटमार नहीं की गई। मैं और की घटना हुई थी कि स्टूडेंट यूनियन के वालों कहा गया कि सिक्योरिटी गार्ड की इसमें प्रोफेसर के वालों जी कुटमार की गई है जाति सूच पर शब्द बोले जी। सर जी मेरा नाम अवतार सिंह, पिंड मेरा सरायनगा जी, इतने गवर्नमेंट कॉलेज में जॉब करता प्राइवेट, ठीक है जी। सर जी मैं 12 बजे तो लैके 12:45 तक सर ने कहा कि गेट बंद कर दो भाई आप आउटसाइडर चेक करने बच्चों क्लासा च वड़ के, मैं गेट बंद करके जो वापस आ रहा सी अगो 3 आउटसाइडर अंदरों आ रहे थे, वो कहते भी गेट खोल। मैं उन्होंने कहा मैं भी 12:45 तो पहला गेट नहीं खोलना, तुम उन्हें टाइम अंदर ही रह सकते हो। वो कहते तुम कौन होंगे तुम्हें ये गल कह रहे, मैं उन्होंने कहा मैं ड्यूटी ते हाँ ऑन ड्यूटी है, जो मैंने कहा गया मैं उही करना, इस तो बाद मैं ना वध करा ना घट करा, ठीक है जो मेरी ड्यूटी मैं ड्यूटी निभाऊंगा। वो कहन लगे कहते भी तू हुन्ना कौन है सू कह वाला, असी गेट खोल के टप दे सानू रोक के विखा बगैदा। उन्होंने धियां भैनों ने गालां कढ़नियां शुरू करतियां, जो गेट खोलन लगे मैं उन्होंने बांह फड़ के पिछे रोकन लग्या। उन्होंने उन्होंने तिना ने 2 मुंडे सी एक लड़की सी, इन्हें तिना ने मेरे पर हमला करता, मेरी पग लाने की कोशिश की, अखां च कुड़ी ने उंगलां मारन की कोशिश की मेरे, मैं आपके बचाव के लिए भज के पिछे हटिया। इन्हें स्टैंड वाला मुंडा वो भज के बच आया, उन्हें मेरी सुरक्षा की, इन्होंने बहुत उस तो बाद भी गला मंदे कढ़े मेरी पग लाने की कोशिश की। कॉलेज वाले स्टूडेंट आए थे मेरे को कंप्लेट दी, उन्होंने कोई सिक्योरिटी गार्ड ने तो ना कोई बदसलूकी की आ, उस संबंधी दरखास्त की जांच पड़ताल चल रही है, जो भी जांच पड़ताल के आया वो कार्रवाई अमल च लिया जाएगी।